ਮੈਂ ਦਾਰਾ ਸਿੰਘ ਰਾਏ ਪੂਰੇ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਹਾਂ, ਅੱਜ ਜੋ ਫੈਸਲਾ ਕੈਪਟਨ ਸਰਕਾਰ ਨੇ ਕਰਫਿਊ ਲਗਾਉਣ ਦਾ ਲਿਆ ਹੈ, ਆਪਾਂ ਨੂੰ ਸਾਰੇ ਹੀ ਪੰਜਾਬ ਵਾਸੀਆਂ ਨੂੰ ਪਤਾ ਹੀ ਹੈ ਕਿ ਪੂਰੇ ਵਰਲਡ ਦੇ ਵਿੱਚ ਕਰੋਨਾ ਵਾਇਰਸ ਜੋ ਕਿ ਬਹੁਤ ਵੱਡੀ ਮਹਾਂਮਾਰੀ ਫੈਲ ਗਈ ਹੈ, ਆਪਾਂ ਨੂੰ ਇਸਦਾ ਡਟ ਕੇ ਮੁਕਾਬਲਾ ਕਰਨ ਦੇ ਲਈ ਪ੍ਰਸ਼ਾਸਨ ਨਾਲ ਇਕਜੁੱਟ ਹੋ ਕੇ ਰਹਿਣਾ। ਪ੍ਰਸ਼ਾਸਨ ਆਪਣੀ ਹੀ ਭਲਾਈ ਵਾਸਤੇ ਇਹ ਸਾਰੇ ਉਪਰਾਲੇ ਕਰ ਰਿਹਾ ਹੈ, ਕਰਫਿਊ ਲਗਾ ਰਿਹਾ ਹੈ, ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਣ ਨੂੰ ਕਹਿ ਰਿਹਾ ਹੈ। ਇਸ ਲਈ ਮੈਂ ਅਪੀਲ ਕਰਦਾ ਹਾਂ ਤੁਸੀਂ ਪ੍ਰਸ਼ਾਸਨ ਦੇ ਕਹੇ ਹੋਏ ਨਿਯਮਾਂ ਮੁਤਾਬਕ ਚੱਲ ਕੇ ਪ੍ਰਸ਼ਾਸਨ ਦਾ ਸਾਥ ਦੇ ਕੇ ਇਸ ਲੜਾਈ ਨਾਲ ਲੜਨ ਦੇ ਵਿੱਚ ਆਪਣਾ ਯੋਗਦਾਨ ਵੀ ਪਾਓ ਅਤੇ ਆਪਣੇ ਬੱਚਿਆਂ ਦਾ ਫਿਊਚਰ ਬਚਾਓ, ਬੱਚੇ ਬਚਾਓ, ਆਪਣੇ ਬੱਚਿਆਂ ਦਾ ਫਿਊਚਰ ਅਤੇ ਦੇਸ਼ ਨੂੰ ਬਚਾਓ, ਅਤੇ ਦੇਸ਼ ਨੂੰ ਬਚਾਉਣ ਵਿੱਚ ਪ੍ਰਸ਼ਾਸਨ ਦਾ ਅਤੇ ਸਰਕਾਰ ਦਾ ਸਾਥ ਦਿਓ।